आया प्रयाता शरणाए नानक की प्रभु बेनती अपनी भक्ति लाए। मैनू रख ले बुदीन दयाला बैरियां ने घेरा पा लिया। मैनू रख ले बुदीन दयाला बैरियां ने घेरा पा लिया। मैनू रख ले बो दीन दयाल
जतन कवन करो, खट कर्म जोत ध्यान तरो, पाप सगल कर हार्यो, नय नय हुटे बिकराल, सगल वंदन करना परे, सगल वंदन करना करे, पाप हरन हर 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 रे, एक तू ही दीन दयाल, प्रभ चरण नानक आसरो, उदरे भरम मो सागर, लख संतना भगपाल। प्यारे जी मैरियां ने तेरा पाल, संकोच रहे हो आप गुरु दरबार च पहुंचे हो, बेनती की है हे प्रभु मैं कला हाँ, ते बैरी बहुत ज्यादा ने, गिनती तो बाहर ने,
ਮੈਂ ਤੇਰੇ ਨਾਲ ਵਾਅਦੇ ਕੀਤੇ ਸੀ, ਤੈਨੂੰ ਵਚਨ ਦਿੱਤਾ ਸੀ, ਹੇ ਪ੍ਰਭੂ ਮੈਂ ਤੇਰਾ ਨਾਮ ਸਵਾਸ ਸਵਾਸ ਜਪਾਂਗਾ, ਇਸ ਵਿਖੜੇ ਥਾਂ ਤੋਂ ਮੈਨੂੰ ਕੱਢ ਲੈ, ਜੋ ਜਿਸ ਦੀ ਤਕਲੀਫ ਮੈਨੂੰ ਹੁਣ ਤੱਕ ਯਾਦ ਹੈ। ਪੁੱਠਾ ਲੜਕ ਰਿਹਾ ਸੀ, ਸਾਹਬ ਨਹੀਂ ਸੀ ਆਉਂਦਾ ਸਿੱਧਾ, ਉਸ ਵੇਲੇ ਮੈਂ ਬਾਰ ਬਾਰ ਬੇਨਤੀਆਂ ਕਰਦਾ ਸੀ, ਹੇ ਪ੍ਰਭੂ ਜੇ ਤੂੰ ਮੈਨੂੰ ਇੱਥੋਂ ਕੱਢ ਲਵੇਂ ਹੁਣ ਨਹੀਂ ਮੈਂ ਭੁੱਲਦਾ। ਗਰਭ ਕੁੰਟ ਮੈਂ ਉਰਧ ਤਪ ਕਰਤੇ, ਸਾਸ ਸਾਸ ਸਿਮਰਤ ਹਰ ਰਹਿਤੇ, ਜਿੱਥੋਂ ਸਾਡਾ ਜੀਵਨ ਸ਼ੁਰੂ ਹੋਇਆ। ਮਹਾਰਾਜ ਕਹਿੰਦੇ ਐਸੇ ਥਾਂ ਦੇ ਉੱਤੇ ਤੂੰ ਬਹੁਤ ਪੁੱਠਾ ਲੜਕ ਕੇ ਤਪ ਕਰ ਰਿਹਾ ਸੀ, ਅਤੇ 101 ਜਨਮ ਦਾ ਗਿਆਨ ਉਸ ਵੇਲੇ ਤੇਰੇ ਪ੍ਰਾਣ ਜੋ ਸੁਰਤ ਹੈ ਸੁਖਮਨਾ ਨਾੜੀ ਦੇ ਅੰਦਰ ਸਮਾਧਿਤ ਹੋਣ ਨਾਲ ਉਹ ਦ੍ਰਿਸ਼ ਤੈਨੂੰ ਦਿਖ ਰਹੇ ਸੀ। ਉਹਨਾਂ ਨੂੰ ਦੇਖ ਕੇ ਕੰਬ ਰਿਹਾ ਸੀ, ਡਰ ਰਿਹਾ ਸੀ ਕਿ ਮੈਂ ਕਿੰਨੇ ਜਨਮ ਬਰਬਾਦ ਕਰ ਦਿੱਤੇ। ਬੇਨਤੀਆਂ ਕੀਤੀਆਂ, ਹੇ ਪ੍ਰਭੂ ਹੁਣ ਮੈਨੂੰ ਬਖਸ਼ ਲੈ, ਤੇਰੇ ਨਾਮ ਦੇ ਆਧਾਰ 'ਤੇ ਮੈਂ ਜਿਉਂਦਾ ਸੀ, ਸਾਥ ਸਾਥ ਸਿਮਰਤ ਹੈ ਬਹਿਤੇ। ਲੇਕਿਨ ਹੋਇਆ ਕਿ ਮੈਨੂੰ ਨਹੀਂ ਸੀ ਪਤਾ ਕਿ ਤੇਰੀ ਮਾਇਆ ਇੰਨੀ ਪ੍ਰਬਲ ਹੈ ਬਾਹਰ ਕੇ ਮੈਨੂੰ ਭੁਲਾ ਦੇਗੀ। ਵਹਿਦੇ ਮੈਂ ਠੀਕ ਕੀਤੇ ਸੀ, ਇਰਾਦਾ ਵੀ ਮੇਰਾ ਠੀਕ ਸੀ, ਕੋਈ ਛਲ ਕਪਟ ਨਹੀਂ ਸੀ। ਦਿਲੋਂ ਮੈਂ ਕਿਹਾ ਸੀ, ਹੇ ਪ੍ਰਭੂ ਹੁਣ ਮੈਂ ਤੇਰਾ ਨਾਮ ਜਪਾਂਗਾ ਅਤੇ ਮੈਨੂੰ ਇਹ ਸੰਕਟ ਦੇ ਵਿੱਚੋਂ ਕੱਢ ਕੇ ਮਨੁੱਖਾ ਦੇਹ ਦਾ ਰਸਤਾ ਦੇ। ਪਰ ਹੋਇਆ ਕਿ ਉੱਥੇ ਤਾਂ ਮੈਨੂੰ ਇਹ ਤਕਲੀਫ ਸੀ ਅਤੇ ਬਾਹਰਲੇ ਪਾਸੇ ਉਸ ਤੋਂ ਵੀ ਵੱਧ ਹੋ ਗਈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿਹੀ ਜੀ ਮਾਇਆ ਜੈਸੀ ਅਗਨ ਮਾਤਾ ਦੇ ਪੇਟ ਵਿੱਚ ਸੀ ਉਹੀ ਜੀ ਉਹ ਮਾਇਆ ਬਾਹਰ ਲੱਗੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹ ਜੇ ਤੇਰੇ ਨਾਮ ਨਾਲ ਲਿਵ ਲੱਗੀ ਹੋਈ ਸੀ, ਪੈਦਾ ਹੁੰਦੀ ਸਾਰ ਜਿਹੜਾ ਪਹਿਲਾ ਸਵਾਸ ਲਿਆ ਮਾਇਆ ਦੇ ਮੰਡਲ 'ਚ ਉਸਨੇ ਮੇਰੀ ਲਿਵ ਤੋੜ ਦਿੱਤੀ। ਮੈਂ ਚੀਕ ਮਾਰੀ, ਰੋਇਆ ਉੱਚੀ। ਸਿਆਣਿਆਂ ਨੇ ਕਿਹਾ ਕਿ ਇਸ ਨੂੰ ਪਿਛਲਾ ਜਨਮ ਯਾਦ ਆਉਂਦਾ ਭਾਈ ਤਾਂ ਰੋਂਦਾ, ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੈਂ ਨਾਮ ਦੇ ਆਧਾਰ 'ਤੇ ਰਹਿੰਦਾ ਸੀ, ਨਾਮ ਦੀ ਧੁੰਨ ਦੇ ਆਸਰੇ ਮੈਂ ਜਿਉਂਦਾ ਸੀ। ਉਹ ਧੁੰਨ ਮੈਨੂੰ ਵਿਸਰ ਗਈ, ਉਹ ਮੇਰੇ ਯਾਦ ਆਉਂਦੀ ਸੀ, ਪੂਰੀ ਤਰ੍ਹਾਂ ਨਹੀਂ ਸੀ ਅਜੇ ਭੁੱਲੀ। ਹੇ ਪ੍ਰਭੂ ਤੇਰੀ ਮਾਇਆ ਪਰਵਲ ਉਸਨੇ ਮੈਨੂੰ ਮੋਹ ਲਿਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਤ। ਪਹਿਲਾ ਸਰੀਰ ਦੀ ਪਾਲਣਾ ਪੋਸਣਾ ਵਾਸਤੇ ਤੈਂ ਭੁੱਖ ਲਾਈ ਮੈਨੂੰ, ਅਤੇ ਮੇਰਾ ਪਿਆਰ ਲੱਗ ਗਿਆ ਦੁੱਧ ਨਾਲ, ਮਾਤਾ ਦੇ ਦੁੱਧ ਨਾਲ। ਦੂਜੇ ਮੈਨੂੰ ਉਹ ਆਪਣੇ ਲੱਗਣ ਲੱਗ ਗਏ ਜਿਹੜੇ ਮੇਰੀ ਪਾਲਣਾ ਪੋਸਣਾ ਕਰਦੇ ਸੀ। ਤੀਜੇ ਭਈਆ ਭਾਬੀ ਬੇਬ, ਵੱਡਾ ਹੁੰਦਾ ਗਿਆ ਅਤੇ ਖਿਲਾਰਾ ਫੈਲਦਾ ਗਿਆ, ਕੋਈ ਭਾਈ ਬਣ ਗਿਆ, ਕੋਈ ਭੈਣ ਬਣ ਗਈ, ਕੋਈ ਹੋਰ ਰਿਸ਼ਤੇਦਾਰੀਆਂ ਨਿਕਲ ਆਈਆਂ। ਚੌਥੇ ਪਿਆਰ ਉਹ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਂ, ਛੇਵੇਂ ਕਾਮ ਨਾ ਪੁੱਛਿਆ ਜਾ, ਸੱਤਵੇਂ ਸੰਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ। ਉਮਰ ਵਡੇਰੀ ਹੋ ਗਈ, ਕ੍ਰੋਧ ਵੱਧ ਗਿਆ, ਸ਼ਾਂਤੀ ਅੰਦਰੋਂ ਖਤਮ ਹੋ ਗਈ, ਜੋ ਮੇਰੇ ਅੰਦਰ ਬਲ ਸੀ ਕ੍ਰੋਧ ਨੂੰ ਰੋਕਣ ਦਾ ਉਹ ਖਤਮ ਹੋ ਗਿਆ, ਅਤੇ ਮੈਂ ਆਪਣੇ ਕ੍ਰੋਧ ਵਿੱਚ ਆਪੇ ਹੀ ਸੜਨ ਲੱਗਿਆ, ਸਰੀਰ 'ਤੇ ਅਸਰ ਹੋਣ ਲੱਗ ਗਿਆ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ ਹੈ। ਇਹ ਪਾਤਸ਼ਾਹ ਹੁਣ ਇਸ ਸੰਸਾਰ ਦੇ ਉੱਤੇ ਤਾਂ ਕੋਈ ਹੈ ਨਹੀਂ, ਕਿਉਂਕਿ ਐਸਾ ਧੋਖਾ ਹੋ ਰਿਹਾ ਹੈ। ਮਹਾਰਾਜ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ, ਜਿਹੜਾ ਹਰ ਵਕਤ ਨਾਲ ਰਹਿੰਦਾ ਉਹ ਚਿੱਤ ਨਹੀਂ ਆਉਂਦਾ, ਪ੍ਰੋਬਲਮ ਹੈ ਬੜੀ ਜ਼ਬਰਦਸਤ। ਜਿਹੜੇ ਜਾਣਦੇ ਆ ਉਹਨਾਂ ਦੇ ਵੀ ਨਹੀਂ ਆਉਂਦਾ, ਜਿਹੜੇ ਨਹੀਂ ਜਾਣਦੇ ਉਹਨਾਂ ਦੇ ਵੀ ਨਹੀਂ ਆਉਂਦਾ, ਉਹਨਾਂ ਨੂੰ ਤਾਂ ਕੋਈ ਸਵਾਲੇ ਪੈਦਾ ਨਹੀਂ ਹੁੰਦਾ ਜਾਣਨ ਦਾ। ਜਿਹੜੇ ਜਾਣਦੇ ਨੇ ਉਹ ਭੁੱਲ ਗਏ ਮਾਇਆ ਦੇ ਅੰਦਰ, ਚੇਤਾ ਆਉਣ 'ਤੇ ਹਟ ਗਿਆ।
ਦੂਸਰਾ ਜਿਹੜੇ ਵੈਰੀ ਸੀ ਉਹਨਾਂ ਨਾਲ ਪਿਆਰ ਪੈ ਗਿਆ ਅਤੇ ਤੂੰ ਮੇਰੇ ਨਾਲ ਰਹਿੰਦਾ ਸੀ, ਤੇਰਾ ਮੈਨੂੰ ਚੇਤਾ ਭੁੱਲ ਗਿਆ। ਸੰਗ ਸਾਹੀ ਸੁਆਵੇ ਨਾ ਚੀਤ, ਜੋ ਵੈਰ ਆਈ ਤਾਂ ਸਿਉਂਪਰੀ। ਤੂੰ ਮੈਨੂੰ ਰੱਖਣ ਵਾਲਾ ਸੀ, ਸਵਾਸ ਸਾਥ ਮੇਰੀ ਪ੍ਰਤਪਾਲ ਕਰਨ ਵਾਲਾ ਸੀ, ਲੇਕਿਨ ਤੈਨੂੰ ਮੈਂ ਭੁੱਲ ਗਿਆ। ਜਿਹੜੇ ਮੇਰੇ ਵੈਰੀ ਸੀ, ਮੈਨੂੰ ਨਰਕਾਂ 'ਚ ਧੱਕਣ ਵਾਲੇ, ਕਾਮ ਵਰਗੇ ਮਹਾਨ ਵੈਰੀ ਸ਼ਤਰੂ, ਕ੍ਰੋਧ ਵਰਗੇ ਮਹਾਂ ਦੁੰਦਰ ਸ਼ਤਰੂ, ਲੋਭ ਵਰਗੇ, ਮੋਹ ਵਰਗੇ ਅਤੇ ਅਭਿਮਾਨ ਵਰਗੇ, ਇਹਨਾਂ ਨੇ ਮੈਨੂੰ ਘੇਰਾ ਪਾ ਲਿਆ। ਇਹਨਾਂ ਦੇ ਨਾਲ ਬੇਅੰਤ ਹੈ, ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਸ਼ਬਦ ਹੈ, ਸਪਰਸ਼ ਹੈ, ਰੂਪ, ਰਸ, ਗੰਧ, ਪੰਜ ਵਿਸ਼ਿਆਂ ਦੇ ਅੰਦਰ ਖਿੱਚਿਆ ਗਿਆ। ਸ਼ਬਦ ਦੇ ਅੰਦਰ ਹਰਨ ਵਰਗਾ ਜਾਨਵਰ ਜੋ ਹੈ, ਪਸ਼ੂ ਹੈ, ਕੰਢੇ ਹੇੜੇ ਦਾ ਸ਼ਬਦ ਉਹਨੂੰ ਸੁਣਦਾ ਹੈ, ਮਸਤ ਹੋ ਜਾਂਦਾ, ਲਿਟਣ ਲੱਗ ਜਾਂਦਾ, ਸ਼ਿਕਾਰੀ ਆ ਕੇ ਗਲ 'ਚ ਰੱਸਾ ਪਾ ਲੈਂਦਾ। ਇੱਕ ਸ਼ਬਦ ਨੇ ਵਿਨਾਸ਼ ਕਰ ਦਿੱਤਾ ਉਹਦਾ। ਸਪਰਸ਼ ਵਰਗਾ ਵਿਸ਼ਾ ਹਾਥੀ ਨੂੰ ਜ਼ਬਰਦਸਤ ਸਪਰਸ਼ ਦੀ ਖਿੱਚ ਹੈ, ਟੋਆ ਪੱਟ ਲੈਂਦੇ ਨੇ, ਉੱਤੇ ਘਾਸ ਫੂਸ ਦਾ ਛੱਪਰ ਜਿਹਾ ਬਣਾ ਕੇ ਪਾ ਦਿੰਦੇ ਨੇ ਟੋਏ ਦੇ ਉੱਤੇ, ਅਤੇ ਇੱਕ ਕਾਗਜ਼ਾਂ ਦੀ ਬਾਂਸ ਦੇ ਬਾਂਸ ਦੀਆਂ ਕਾਂਤਾਂ ਦੀ ਬਣੀ ਹੋਈ ਹੱਥਨੀ ਕਾਲੇ ਕਾਗਜ਼ਾਂ ਨਾਲ ਰੰਗ ਦੇ ਕੇ ਉੱਥੇ ਕਢਾ ਦਿੰਦੇ ਨੇ। ਉਹਨੂੰ ਗਿਆਨ ਨਹੀਂ ਹੈ ਕਿ ਅਸਲੀ ਨਹੀਂ ਹੈ, ਨਕਲੀ ਦੇ ਪਿੱਛੇ ਦੌੜਦਾ ਅਤੇ ਉੱਥੇ ਜਾ ਕੇ ਟੋਏ 'ਚ ਗਿਰ ਕੇ ਸਾਰੀ ਜ਼ਿੰਦਗੀ ਮਨੁੱਖ ਦੀ ਗੁਲਾਮੀ ਕਰਦਾ। ਰੂਪ ਨੂੰ ਦੇਖਦਾ, ਦੀਵਾ ਜਲਦਾ ਦੇਖਦਾ, ਪਤੰਗਾ ਦੌੜਿਆ ਹੁੰਦਾ, ਉਹਨੂੰ ਨਹੀਂ ਪਤਾ ਕਿ ਮੇਰੀ ਜਾਨ ਲੈ ਲਏਗਾ, ਉਹਦੇ ਵਿੱਚ ਆ ਜਾਂਦਾ, ਫੰਗ ਜਲ ਜਾਂਦੇ ਨੇ ਅਤੇ ਆਪ ਨੂੰ ਲਾਟ ਲੱਗ ਜਾਂਦੀ ਹੈ ਅਤੇ ਖਤਮ ਹੋ ਜਾਂਦਾ। ਮੱਛੀ ਨੂੰ ਆਟਾ ਕੁੰਡੀ ਨਾਲ ਲਾ ਕੇ ਪਾ ਦਿੰਦੇ ਨੇ, ਉਹ ਕੁੰਡੀ ਦੇ ਨਾਲ ਲੱਗਿਆ ਹੋਇਆ ਆਟਾ ਉਸਨੂੰ ਖਿੱਚ ਕਰਦਾ, ਇੰਨੀ ਜ਼ਬਰਦਸਤ ਉਹਦੇ ਅੰਦਰ ਖਿੱਚ ਹੈ, ਕੋਈ ਕੰਟਰੋਲ ਨਹੀਂ ਹੈ ਉਹਦੇ ਅੰਦਰ, ਅਤੇ ਉਹ ਸਮੇਤ ਕੁੰਡੀ ਦੇ ਅੰਦਰ ਨਿਘਾਰ ਜਾਂਦੀ ਹੈ। ਨਤੀਜਾ ਕੀ ਹੁੰਦੀ ਹੈ, ਹੁੰਦਾ ਹੈ ਮਾਛੀ ਮੱਛੀਆਂ ਫੜਨ ਵਾਲੇ ਦੇ ਕਾਬੂ ਆ ਕੇ ਤੜਫ ਤੜਫ ਕੇ ਜਾਨ ਦਿੰਦੀ ਹੈ, ਫੁੱਲ ਖਿੜ ਜਾਂਦਾ ਅਤੇ ਪੌਰਾ ਆ ਜਾਂਦਾ, ਸੂਰਜ ਛਿਪ ਜਾਂਦਾ, ਉਹ ਰਸ ਦੇ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਕਿ ਰਾਤ ਨੂੰ ਫੁੱਲ ਬੰਦ ਹੋ ਜਾਂਦਾ ਹੈ ਅਤੇ ਉਹ ਵਿੱਚੋਂ ਸਵੇਰੇ ਮਰਿਆ ਹੋਇਆ ਨਿਕਲਦਾ। ਸੱਚੇ ਪਾਤਸ਼ਾਹ, ਉਹ ਤਾਂ ਇੱਕ ਇੱਕ ਨੂੰ ਇੱਕ ਇੱਕ ਦੋਖ ਹੈ, ਮੇਰੇ ਵਿੱਚ ਤਾਂ ਪੰਜੇ ਹੀ ਨੇ, ਸ਼ਬਦ ਵੀ ਹੈ, ਸਪਰਸ਼ ਵੀ ਹੈ, ਰੂਪ ਵੀ ਹੈ, ਰਸ ਵੀ ਹੈ, ਗੰਧ ਵੀ ਹੈ, ਇਹਨਾਂ ਤੋਂ ਵੀ ਬੜਾ ਮਹਾਰੋਗ ਮੇਰੇ ਅੰਦਰ ਹਉਮੈ ਵੀ ਹੈ, ਆਸਾ ਤ੍ਰਿਸ਼ਨਾ ਦੀਆਂ ਡੈਣਾਂ ਮੇਰੇ ਅੰਦਰ ਕੰਮ ਕਰਦੀਆਂ ਨੇ, ਤ੍ਰਿਸ਼ਨਾ ਦੀ ਅੱਗ ਮੇਰੇ ਅੰਦਰ ਜਲ ਰਹੀ ਹੈ, ਅੰਦੇਸ਼ੇ ਵਿੱਚ ਮੇਰਾ ਹਰ ਵਕਤ ਸਾਹ ਸੁੱਕਿਆ ਰਹਿੰਦਾ ਹੈ, ਐ ਨਾ ਹੋ ਜਾਵੇ ਕਿਤੇ, ਐ ਨਾ ਹੋ ਜਾਵੇ। ਬਹੁਤ ਬੁਰੀ ਤਰ੍ਹਾਂ ਮੈਂ ਘੇਰੇ ਵਿੱਚ ਆ ਗਿਆ ਅਤੇ ਇਹ ਮੈਨੂੰ ਲੁੱਟਦੇ ਤੁਰੇ ਜਾਂਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਤੇਰੇ ਨਾਮ ਦਾ ਸ਼ਾਂਤੀ ਦਾ ਜੋ ਸਰੋਵਰ ਹੈ, ਜੋ ਖੇੜਿਆਂ ਭਰਿਆ ਸਰੋਵਰ ਹੈ, ਉਹਨੂੰ ਇਹ ਲੁੱਟ ਰਹੇ ਨੇ ਅਤੇ ਮੈਂ ਹਰ ਵਕਤ ਹੋ ਕੇ ਲੈਣਾ। ਮੈਨੂੰ ਨਹੀਂ ਪਤਾ ਵੀ ਖੇੜਾ ਕੀ ਹੁੰਦਾ, ਖੁਸ਼ੀ ਕੀ ਹੁੰਦੀ ਹੈ, ਨਸ਼ਿਆਂ ਦੇ ਆਸਰੇ ਖੁਸ਼ੀ ਪਾਲਣ ਦਾ ਯਤਨ ਕਰਦਾ, ਬਾਲ ਬੱਚਿਆਂ 'ਚੋਂ ਖੁਸ਼ੀ ਪਾਲਣ ਦਾ ਯਤਨ ਕਰਦਾ, ਪਰ ਇਹ ਖੁਸ਼ੀ ਤਾਂ ਸਦੀਵ ਹੀ ਨਹੀਂ, ਛਿਨ ਭੰਗਰ ਹੁੰਦੀ ਹੈ, ਥੋੜ੍ਹਾ ਚਿਰ ਆ ਕੇ ਬੱਦਲ ਦੀ ਛਾਂ ਵਾਂਗੂ ਆਉਂਦੀ ਹੈ, ਬੱਦਲ ਚਲੇ ਜਾਂਦਾ, ਫਿਰ ਧੁੱਪ ਹੋ ਜਾਂਦੀ ਹੈ। ਅਤੇ ਤੇਰੀ ਕਿਰਪਾ ਤੋਂ ਬਗੈਰ ਮੈਂ ਨਿਕਲ ਨਹੀਂ ਸਕਦਾ, ਤੇਰੀ ਮਾਇਆ ਇੰਨੀ ਪ੍ਰਬਲ ਹੈ ਕਿ ਇਹਨੂੰ ਫਤਿਹ ਕਰਨਾ ਮੇਰੇ ਵਾਸਤੇ ਬਹੁਤ ਮੁਸ਼ਕਲ ਹੋ ਗਿਆ। ਮੈਂ ਤੇਰੇ ਨਾਲ ਵਾਅਦੇ ਕਰੇ ਸੀ ਕਿ ਮੈਂ ਸਵਾਸ ਸਵਾਸ ਨਾਮ ਜਪਾਂਗਾ, ਪਰ ਹੁਣ ਬੜੀ ਮੁਸ਼ਕਲ ਹੋ ਗਈ ਹੈ,
ਕਿ ਕਿਸ ਤਰ੍ਹਾਂ ਦੇ ਨਾਲ ਮੈਂ ਵਾਅਦਾ ਕਰਾਂ ਪੂਰਾ ਕਰਾਂ, ਇਸ ਤਰ੍ਹਾਂ ਬੇਨਤੀਆਂ ਕਰਦਾ। ਜੀਵ ਇੱਕ ਤੇ ਸ਼ਿਕਾਰੀ ਮੌਤ ਇੱਕੋ ਤੇਰੀ ਓਟ ਮਾਲਕਾ, ਇੱਕ ਤੇ ਸ਼ਿਕਾਰੀ ਮੌਤ ਇੱਕੋ ਤੇਰੀ ਓਟ ਮਾਲਕਾ। ਦੁਸ਼ਮਣੇ ਦੁਸ਼ਮਣ ਭਰੇ ਪਏ ਨੇ ਪਾਤਸ਼ਾਹ, ਕਿਰਪਾ ਕਰ ਮੇਰੇ ਤੇ, ਦੀਨ ਬਿਨੋ ਸੁਣ ਦਿਆਲ, ਮੇਰੀ ਬੇਨਤੀ ਸੁਣੋ। ਪੰਜ ਦਾਸ ਤੀਨ ਦੋਖੀ, ਇਹਨਾਂ ਦੇ ਨਾਲ ਨੇ ਸਾਰੇ ਬਾਕੀ ਦੇ ਦਾਸ। ਇੱਕ ਇੱਥੇ ਕੌਮ ਵਸਿਆ ਕਰਦੀ ਸੀ ਭਾਰਤ ਵਰਸ਼ ਵਿੱਚ, ਜਦੋਂ ਆਰੀਅਨ ਆਏ ਸੀ ਉਹ ਬਹੁਤ ਸੱਭਿਅਤ ਕੌਮ ਸੀ। ਬੰਦਿਆਂ ਨੂੰ ਮਾਰ ਦੇਣਾ, ਕੋਈ ਵੀ ਨੇਕ ਕੰਮ ਨਾ ਕਰਨਾ, ਉਹ ਬਹੁਤ ਬੁਰੇ ਗਿਣੇ ਜਾਂਦੇ ਸੀ, ਟੈਰਰ ਕ੍ਰੀਏਟ ਕਰ ਦਿਆ ਕਰਦੇ ਸੀ ਇੱਥੇ। ਹੌਲੀ ਹੌਲੀ ਇਹ ਸ਼ਬਦ ਦਸ ਤੋਂ ਦਾਸ ਗੁਰੂ ਮਹਾਰਾਜ ਨੇ ਦਾਸ ਕਿਹਾ। ਇਹ ਪੰਜ ਲੱਗੇ ਹੋਏ ਨੇ, ਪੰਜ ਵੱਡੇ ਵੱਡੇ ਨੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਜੇ ਇੱਕ ਇੱਕ ਦੀ ਬਾਤ ਕੀਤੀ ਜਾਵੇ, ਅਜਿੱਤ ਸੂਰਮੇ ਨੇ ਇਹ ਜਿੱਤੇ ਨਹੀਂ ਜਾਂਦੇ। ਇੱਕ ਵਾਰੀ ਸ਼ਾਸਤਰ ਲਿਖਿਆ ਪਾਣਨੀ ਰਿਸ਼ੀ ਨੇ, ਜੈਮਨੀ ਨੇ, ਨਿਆਏ ਸ਼ਾਸਤਰ ਵਿਆਸ ਜੀ ਨੂੰ ਦਿਖਾ ਲਿਆ ਅਤੇ ਉਹਦੇ ਵਿੱਚ ਲਿਖ ਦਿੱਤਾ ਕਿ ਆਦਮੀ ਜਦੋਂ ਗਿਆਨਵਾਨ ਹੋ ਜਾਂਦਾ ਹੈ ਉਹਦੇ ਉੱਤੇ ਮਾਇਆ ਅਸਰ ਨਹੀਂ ਕਰ ਸਕਦੀ।
ਤਾਂ ਵਿਆਸ ਜੀ ਨੇ ਕਿਹਾ ਬੇਟਾ ਇਹ ਲਾਈਨ ਕੱਟ ਦੇ, ਇਹਦੇ ਵਿੱਚ ਅਭਿਮਾਨ ਲੱਗਦਾ ਕਿਉਂਕਿ ਆਦਮੀ ਦਾ ਬਲ ਨਹੀਂ ਹੈ ਮਾਇਆ ਦਾ ਮੁਕਾਬਲਾ ਕਰ ਸਕੇ। ਮਾਇਆ ਦਾ ਮੁਕਾਬਲਾ ਤਾਂ ਹੁੰਦਾ ਹੈ ਜੇ ਉਹਦੀ ਪਿੱਠ ਦੇ ਉੱਤੇ ਸਮਰੱਥ ਗੁਰੂ ਅਤੇ ਵਾਹਿਗੁਰੂ ਆਪ ਖੜ੍ਹਾ ਹੋਵੇ। ਨਹੀਂ ਇਹ ਸ਼ਕਤੀ ਦਾ ਕੋਈ ਵੀ ਦੁਨੀਆ 'ਚ ਮੁਕਾਬਲਾ ਨਹੀਂ ਕਰ ਸਕਦਾ, ਜਿਹੜਾ ਕਹਿੰਦਾ ਉਹ ਹਾਰ ਜਾਂਦਾ। ਸਮਰੱਥ ਗੁਰੂ ਦੀ ਕਿਰਪਾ ਤੋਂ ਬਗੈਰ ਅਤੇ ਵਾਹਿਗੁਰੂ ਦੀ ਮਦਦ ਤੋਂ ਬਗੈਰ ਮਾਇਆ ਨਹੀਂ ਤਰੀ ਜਾਂਦੀ। ਅਤਰ ਕਹਿੰਦੇ ਨੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਤਾਰਨ ਹਾਰੇ। ਹੇ ਵਾਹਿਗੁਰੂ ਇਹ ਉਬਲਦੇ ਸਾਗਰ ਦੀਆਂ ਲਹਿਰਾਂ ਅਥਾਹ ਨੇ, ਤੁਸੀਂ ਕਿਰਪਾ ਕਰਕੇ ਮੈਨੂੰ ਤਾਰੋ। ਕਹਿੰਦਾ ਨਹੀਂ ਮਹਾਰਾਜ, ਇਹ ਮੈਂ ਜੋ ਲਿਖਿਆ ਬਿਲਕੁਲ ਸੱਤ ਲਿਖਿਆ। ਕਹਿੰਦੇ ਨਹੀਂ, ਤੇਰੇ ਵਰਗੇ ਮਹਾਂਵਿਦਵਾਨ ਵੀ ਜਿਹੜੇ ਨੇ ਨਾ ਉਹ ਵੀ ਮਾਇਆ ਦੇ ਚੱਕਰ 'ਚ ਆ ਜਾਂਦੇ। ਇੱਕ ਇੱਕ ਸ਼ਕਤੀ ਬਹੁਤ ਵੱਡੀ ਹੈ, ਇੱਕੋ ਸ਼ਕਤੀ ਤੂੰ ਲੈ ਲੈ, ਇਹ ਕਿੰਨੀ ਵੱਡੀ ਹੈ ਕਾਮ ਦੀ ਸ਼ਕਤੀ। ਕਹਿੰਦਾ ਨਹੀਂ ਮਹਾਰਾਜ, ਇਹ ਗੱਲ ਮੈਂ ਬਿਲਕੁਲ ਸੋਚ ਕੇ ਸਮਝ ਕੇ ਲਿਖੀ ਹੈ। ਜਦੋਂ ਗਿਆਨ ਹੋ ਗਿਆ ਫਿਰ ਇਹਨਾਂ ਗੱਲਾਂ ਦਾ ਤਾਂ ਅਸਰ ਨਹੀਂ ਹੁੰਦਾ। ਕਹਿੰਦੇ ਗਿਆਨ ਤਾਂ ਸਥਿਰ ਰਹਿੰਦਾ ਹੈ ਜੇ ਸਮਰੱਥ ਗੁਰੂ ਦਾ ਹੱਥ ਹੋਵੇ, ਨਹੀਂ ਗਿਆਨ ਸਿਥਲ ਹੋ ਜਾਇਆ ਕਰਦਾ। ਬੜੇ ਬੜੇ ਗਿਆਨਵਾਨ ਡੋਲਦੇ ਦੇਖੇ, ਮਛਿੰਦਰ ਨਾਥ ਬੜਾ ਤਪ ਕਰਿਆ, ਬੜੀਆਂ ਸ਼ਕਤੀਆਂ, ਯੋਗੀ ਸੀ, ਸਿੱਧ ਸੀ ਬਹੁਤ ਵੱਡਾ। ਰਾਜਾ ਅਮਰੂ ਉਸਦਾ ਸੇਵਕ ਸੀ ਲੰਕਾ ਵਾਲਾ, ਉੱਥੇ ਗਿਆ ਹੋਇਆ, ਸੇਵਾ ਹੋ ਰਹੀ ਹੈ ਉਸਦੀ, ਦਿਨ ਰਾਤ ਉਹ ਵਿਖਿਆਨ ਕਰਦਾ ਹੈ ਯੋਗ ਦੇ ਮਾਰਗ 'ਤੇ। ਹੱਠ ਯੋਗ ਦੀਆਂ ਜੋ ਕਿਰਿਆਵਾਂ ਹੈ ਉਹ ਸਿਖਾਉਂਦਾ ਹੈ। ਅਤੇ ਅਚਾਨਕ ਰਾਜਾ ਅਮਰੂ ਚੜ੍ਹਾਈ ਕਰ ਗਿਆ, ਰਾਣੀਆਂ ਇਸ ਦੇ ਪਾਸ ਮਛਿੰਦਰ ਦੇ ਪਾਸ ਆ ਗਈਆਂ, ਪਦਮਨੀ ਰਾਣੀਆਂ ਸਾਰੀਆਂ ਵਿਰਾਹ ਕਰ ਰਹੀਆਂ, ਵਿਰਾਗ ਕਰ ਰਹੀਆਂ ਕਿ ਮਹਾਰਾਜ ਤੁਸੀਂ ਜਿਉਂਦਾ ਕਰੋ ਇਹਨੂੰ। ਉਸ ਵੇਲੇ ਮਨ ਡੋਲ ਗਿਆ, ਆਪਣਾ ਸਰੀਰ ਇੱਕ ਕੰਦਰਾ 'ਚ ਰੱਖ ਕੇ ਪੱਥਰਾਂ ਨਾਲ ਬੰਦ ਕਰਕੇ ਉਹਦੇ ਵਿੱਚੋਂ ਨਿਕਲ ਕੇ ਆ ਕੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ। ਇਹ ਇੱਕ ਸਿੱਧੀ ਸਿੱਧੀ ਹੁੰਦੀ ਹੈ, ਇਹ ਆਮ ਸਿੱਧਾਂ ਨੂੰ ਪ੍ਰਾਪਤ ਹੁੰਦੀ ਹੈ, ਦੂਸਰੇ ਦੀ ਬੋਡੀ ਵਿੱਚ ਦਾਖਲ ਹੋ ਜਾਣਾ, ਉਹ ਤੋਂ ਆਪਣੇ ਮਤਲਬ ਦੇ ਕੰਮ ਲੈਣੇ। ਉਹ ਸਿੱਧੀ ਦੇ ਨਾਲ ਉਸ ਰਾਜੇ ਦੇ ਸਰੀਰ ਵਿੱਚ ਦਾਖਲ ਹੋ ਗਿਆ। ਬੇਅੰਤ ਸਾਲ ਲੰਘੇ, ਗੁਰੂ ਲੱਭਦਾ ਨਹੀਂ ਹੈ, ਗੋਰਖ ਨਾਥ ਦੇਖਦਾ ਹੈ ਵੀ ਕਿੱਥੇ ਚਲੇ ਗਏ ਗੁਰੂ, ਬੜੀ ਦੇਰ ਤੋਂ ਕੁਛ ਨਹੀਂ ਖਬਰ ਆਈ ਉਹਨਾਂ ਦੀ। ਬਾਲ ਗੰਗਾਈ ਪੰਜਾਬ ਦੇ ਅੰਦਰ ਇੱਕ ਮਹਾਤਮਾ ਸੀ, ਉਹ ਵੀ ਬੜਾ ਕਰਨੀ ਕਮਾਈ ਵਾਲਾ ਸੀ। ਉਹਦੇ ਨਾਲ ਕਿਸੇ ਗੱਲ ਦੇ ਉੱਤੇ ਬਹਿਸ ਹੋ ਗਈ, ਉਹ ਕਹਿਣ ਲੱਗਿਆ ਗੋਰਖ ਤੂੰ ਤਾਂ ਆਪਣੇ ਗੁਰੂ ਨੂੰ ਨਹੀਂ ਛੁਡਾ ਸਕਦਾ, ਤੂੰ ਮੇਰੇ ਨਾਲ ਕੀ ਗੱਲ ਕਰਦਾ, ਤੇਰਾ ਗੁਰੂ ਫਸ ਗਿਆ ਬੁਰੀ ਤਰ੍ਹਾਂ ਨਾਲ, ਭੋਗਾਂ 'ਚ ਲਿਪਤ ਹੋ ਗਿਆ, ਦੇਖ ਲੈ ਤੇਰਾ ਗੁਰੂ ਕਿੱਥੇ ਆ, ਬੜਾ ਯਤਨ ਕਰਿਆ, ਪਹਾੜਾਂ ਦੀਆਂ ਗੁਫਾਵਾਂ ਦੇਖੀਆਂ, ਹੋਰ ਬੜਾ ਦੇਖਿਆ ਥਾਂ ਥਾਂ 'ਤੇ, ਕਿਤੇ ਨਜ਼ਰ ਨਹੀਂ ਆਇਆ। ਅਖੀਰ ਉਸ ਨੂੰ ਪੁੱਛਿਆ, ਉਹ ਕਹਿੰਦਾ ਤੇਰਾ ਗੁਰੂ ਰਾਜੇ ਅਮਰੂ ਦੇ ਮ੍ਰਿਤਕ ਸਰੀਰ ਵਿੱਚ ਪ੍ਰਵੇਸ਼ ਕਰਕੇ ਭੋਗਾਂ ਦੇ ਵਿੱਚ ਗੁਲਤਾਨ ਹੋਇਆ ਪਿਆ, ਜਾਂ ਛੁਡਾ ਲੈ ਲੰਕਾ 'ਚ। ਉਸ ਵੇਲੇ ਉੱਥੇ ਪਹੁੰਚਦਾ ਹੈ ਬੜੀ ਮੁਸ਼ਕਲ ਦੇ ਨਾਲ, ਬੜੀ ਲੰਮੀ ਸਾਖੀ ਹੈ, ਉਹਨੂੰ ਸਰੀਰ 'ਚੋਂ ਉਹਦਾ ਸਰੀਰ ਮਾਲਸ਼ਾਂ ਦੇ ਨਾਲ ਨਰਮ ਕਰਦਾ ਹੈ, ਅਤੇ ਉੱਧਰੋਂ ਉਹਨੂੰ ਪ੍ਰੇਰਨਾ ਕਰਦਾ ਹੈ ਕਿ ਤੂੰ ਆਪਣੇ ਸਰੀਰ 'ਚ ਦਾਖਲ ਹੋ ਜਾ। ਸਰੀਰ 'ਚ ਦਾਖਲ ਹੋ ਜਾਂਦਾ, ਐਡਾ ਅਸਰ ਉਸਦੇ ਉੱਤੇ ਪਿਆ, ਐਡੇ ਬੜੇ ਮਹਾਂਪੁਰਸ਼ ਦਾ ਗੁਰੂ ਹੁੰਦਾ ਹੋਇਆ ਕਿਸ ਤਰ੍ਹਾਂ ਦੇ ਨਾਲ ਡੋਲ ਗਿਆ। ਮਹਾਰਾਜ ਕਹਿੰਦੇ ਐਡੇ ਐਡੇ ਬੈਰੀ ਨੇ ਇਹ, ਅਜਿੱਤ ਬੈਰੀ ਨੇ। ਕਹਿਣ ਲੱਗੇ ਜੈਮਨੀ ਇਹ ਲਾਈਨ ਕੱਟ ਦੇ। ਕਹਿੰਦਾ ਨਹੀਂ ਮਹਾਰਾਜ, ਮੇਰਾ ਮਨ ਨਹੀਂ ਮੰਨਦਾ, ਕਿਉਂਕਿ ਜਿਹੜਾ ਗਿਆਨਵਾਨ ਪੁਰਸ਼ ਹੈ ਉਹ ਗਿਰਿਆ ਨਹੀਂ ਕਰਦਾ। ਚੁੱਪ ਕਰਕੇ ਅਤੇ ਥੋੜ੍ਹੇ ਦਿਨਾਂ ਤੋਂ ਬਾਅਦ ਆਪਨੇ ਮਾਇਆ ਵਰਤਾਈ, ਸ਼ਾਮ ਹੋ ਗਈ ਹੈ ਅਤੇ ਇੱਕ ਇਸਤਰੀ ਬਹੁਤ ਬੈਰਾਗ ਦੇ ਵਿੱਚ ਰੋ ਰਹੀ ਹੈ,
ਇਹਦੇ ਆਸ਼ਰਮ ਦੇ ਨੇੜੇ ਅਤੇ ਰਾਤ ਪਈ ਹੋਈ ਹੈ, ਉੱਥੇ ਬਹੁਤ ਖਤਰਾ ਹੈ ਜੰਗਲੀ ਬੰਦਿਆਂ ਦਾ। ਉਹ ਆਸਰਾ ਭਾਲਦੀ ਹੈ, ਇਹਦੇ ਮਨ ਵਿੱਚ ਆ ਗਿਆ ਕਿ ਇਸ ਵੇਲੇ ਮੇਰਾ ਫਰਜ਼ ਬਣਦਾ ਕਿ ਮੈਂ ਇਹਨੂੰ ਆਸਰਾ ਦੇਵਾਂ। ਆਸਰੇ ਵਾਸਤੇ ਉਹਨੇ ਕਹਿ ਦਿੱਤਾ ਕਿ ਮੇਰਾ ਜਿਹੜਾ ਕਮਰਾ ਹੈ ਮੈਂ ਇੱਕੋ ਬਣਾਇਆ, ਦੋ ਨਹੀਂ ਬਣਾਏ, ਇਹਦੇ ਵਿੱਚ ਤੂੰ ਰਹਿਣ ਬਸੇਰਾ ਕਰ ਲੈ। ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਕਿ ਇੱਥੇ ਜਿਹੜੇ ਜੰਗਲੀ ਲੋਕ ਨੇ ਉਹ ਮੇਰੀ ਵੀ ਆਵਾਜ਼ ਬਣਾ ਲੈਂਦੇ ਨੇ, ਦਰਵਾਜ਼ਾ ਨਹੀਂ ਤੈਅ ਖੋਲ੍ਹਣਾ ਚਾਹੇ ਕੋਈ ਕਿੰਨਾ ਹੀ ਕਹੇ। ਕਮਰੇ 'ਚ ਬੰਦ ਹੋ ਜਾਂਦੀ ਹੈ ਅਤੇ ਸੰਸਕ੍ਰਿਤ ਦੇ ਸ਼ਲੋਕ ਜੋ ਹਨ, ਵੇਦਾਂ ਦੀਆਂ ਰਿਚਾਂ ਬਹੁਤ ਹੀ ਰਸੀਲੀ ਆਵਾਜ਼ ਨਾਲ ਗਾਉਣ ਲੱਗ ਗਈ। ਇਹ ਪਹਿਲਾਂ ਸੁਣਦਾ ਰਿਹਾ ਦੂਰ ਬੈਠਾ, ਮਨ ਧੋਖਾ ਦੇਣ ਲੱਗ ਗਿਆ ਅਤੇ ਉਹਦੇ ਬਾਅਦ ਦਰਵਾਜ਼ਾ ਖੜਕਾਉਣ ਲੱਗ ਗਿਆ। ਉਹ ਕਹਿਣ ਲੱਗੀ ਮੈਂ ਨਹੀਂ ਦਰਵਾਜ਼ਾ ਖੋਲ੍ਹਣਾ। ਜੈਮਨੀ ਕਹਿੰਦਾ ਮੇਰਾ ਆਸ਼ਰਮ ਹੈ, ਮੈਂ ਬੋਲਦਾ, ਤੂੰ ਦਰਵਾਜ਼ਾ ਖੋਲ੍ਹ। ਕਹਿੰਦੀ ਮੈਂ ਨਹੀਂ ਖੋਲ੍ਹਣਾ। ਖਬਰ ਹੈ ਤੂੰ ਕੌਣ ਹੈ? ਕਹਿੰਦਾ ਮੈਂ ਰਿਸ਼ੀ ਹਾਂ, ਦਰਵਾਜ਼ਾ ਖੋਲ੍ਹ। ਦਰਵਾਜ਼ਾ ਨਾ ਖੋਲ੍ਹਿਆ ਇਸਨੇ ਛੱਤ ਪਾੜੀ, ਥੱਲੇ ਉਤਰਨ ਲੱਗ ਗਿਆ ਤਾਂ ਮਗੋਰਾ ਤੰਗ ਸੀਗਾ, ਉੱਥੇ ਛਾਤੀ ਕੋਲੋਂ ਬਾਹਾਂ ਕੋਲ ਆ ਕੇ ਫਸ ਗਿਆ। ਸਾਰੀ ਰਾਤ ਜਿਵੇਂ ਤੋਰੀ ਲੜਕਦੀ ਐਂ ਲੜਕਦਾ ਰਿਹਾ। ਬਿਆਸ ਜੀ ਆਏ ਸਵੇਰੇ, ਮਾਇਆ ਲੋਪ ਕਰ ਦਿੱਤੀ, ਦਰਵਾਜ਼ਾ ਖੁੱਲ੍ਹਿਆ, ਲਾ ਲਿਆ ਉਸ ਥਾਂ ਤੋਂ। ਕਹਿੰਦੇ ਜੈਵਨੀ ਹੁਣ ਦੱਸ, ਤੂੰ ਤਾਂ ਆਪਣੇ ਆਪ ਨੂੰ ਪੂਰਾ ਗਿਆਨਵਾਨ ਕਹਾਉਂਦਾ ਸੀ, ਮਾਇਆ ਦਾ ਕਿੰਨਾ ਜ਼ਬਰਦਸਤ ਅਸਰ ਤੇਰੇ ਉੱਤੇ ਹੋ ਗਿਆ ਅਤੇ ਤੂੰ ਬਚ ਨਾ ਸਕਿਆ, ਤਾਂ ਇਹ ਬਹਾਨ ਕੀਤਾ ਕਿ ਮੈਂ ਆਪਣੇ ਗਿਆਨ ਦੇ ਬਲ ਨਾਲ ਬਚ ਜਾਂਗਾ। ਪਿਆਰਿਆ, ਜਿੰਨਾ ਚਿਰ ਗੁਰੂ ਦਾ ਹੱਥ ਨਾ ਹੋਵੇ, ਰੱਖਣ ਵਾਲਾ ਸਮਰੱਥ ਗੁਰੂ ਨਾ ਹੋਵੇ, ਪਰਮੇਸ਼ਰ ਦੀ ਨਿਗਾਹ ਨਾ ਹੋਵੇ, ਇਹ ਬੰਦੇ ਦੀ ਕੀ ਤਾਕਤ ਹੈ ਇਹਨਾਂ ਚੋਰਾਂ ਦਾ ਮੁਕਾਬਲਾ ਕਰ ਲੈ। ਸੋ ਇੱਕ ਇੱਕ ਚੋਰ, ਮਹਾਰਾਜ ਕਹਿੰਦੇ ਪੰਚ ਦਾਸ ਤੀਨ ਦੋਖੀ, ਏਕ ਮਨ ਨਾਥ ਨਾਥ, ਮਨ ਇੱਕ ਮੈਂ ਇੱਕ ਹਾਂ, ਇਹ ਪੰਜ ਬਹੁਤ ਪਾਵਰਫੁੱਲ ਨੇ ਅਤੇ ਤਿੰਨ ਦੋਖ ਨੇ, ਜਿਹੜੇ ਤਿੰਨ ਤੱਤ ਨੇ ਮਾਇਆ ਦੇ, ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਦੇ ਵਿੱਚ ਮੈਂ ਖੇਡਦਾ, ਮੈਨੂੰ ਘਲਾ ਰਹੇ ਨੇ, ਸੁਰਤ ਨਹੀਂ ਮੈਨੂੰ ਆਉਣ ਦਿੰਦੇ। ਹੇ ਪ੍ਰਭੂ ਤੁਸੀਂ ਰਾਖ ਹੋ ਕਿਰਪਾਲ, ਹੇ ਪ੍ਰਭੂ ਕਿਰਪਾਲ ਹੋ ਅਤੇ ਮੈਨੂੰ ਰੱਖ ਲੈ, ਅਣਖ ਭਾਂਤ ਗਬਨ ਕਰੋ। ਮੈਂ ਬੜੇ ਤਰੀਕੇ ਸੋਚੇ, ਬੜੀਆਂ ਤਰੀਕਾਂ ਦੇ ਨਾਲ ਮੈਂ ਇਹਨਾਂ ਤੋਂ ਬਚਣ ਦਾ ਕੋਸ਼ਿਸ਼ ਕੀਤੀ। ਖੱਟ ਕਰਮ ਜੁਗਤ ਧਿਆਨ ਧਰੋ, ਪੂਰੀ ਵਿਧੀ ਦੇ ਨਾਲ ਖਟਮ ਕਰਮ ਮੈਂ ਕੀਤੇ ਅਤੇ ਮੈਂ ਜੁੜਦਾ ਰਿਹਾ ਧਿਆਨ ਦੇ ਨਾਲ। ਬੜੀ ਬੜੀ ਦੇਰ ਤੱਕ ਫੁਰਨੇ ਬੰਦ ਕਰਕੇ ਨਿਰੁੱਧ ਅਵਸਥਾ ਦੇ ਵਿੱਚ ਮੈਂ ਰਿਹਾ। ਅਪਾਪ ਸਗਲ ਘਰ ਹਾਰਿਓ, ਹੇ ਪ੍ਰਭੂ ਮੈਂ ਹਾਰ ਗਿਆ ਸਾਰੇ ਉਪਾਅ ਕਰਕੇ, ਮੈਂ ਨਹੀਂ ਇਹਨਾਂ ਨੂੰ ਜਿੱਤ ਸਕਿਆ। ਨੈ ਨੈ ਹਟੋ ਵਿਕਰਾਲ, ਇਹ ਨਹੀਂ ਹਟੇ ਨਾ ਇਹ ਮਰੇ ਨੇ, ਇਹ ਕਾਬੂ ਨਹੀਂ ਆ ਰਹੇ। ਅਤੇ ਜਦ ਤੋਂ ਮੈਨੂੰ ਇਹ ਪਤਾ ਲੱਗਿਆ ਵੀ ਇਹ ਤਾਂ ਮੇਰੇ ਵੈਰੀ ਨੇ, ਮੈਂ ਇਹਨਾਂ ਦੀ ਪ੍ਰੀਤ ਛੱਡ ਦਿੱਤੀ ਅਤੇ ਹੁਣ ਮੇਰੇ 'ਤੇ ਕਿਰਪਾ ਕਰੋ, ਸ਼ਰਨ ਬੰਦਨ ਕਰਨਾ ਪਰੇ, ਹੇ ਪ੍ਰਭੂ ਮੈਂ ਤੇਰੀ ਸ਼ਰਨ ਆ ਗਿਆ, ਬੰਦਨਾ ਕਰਦਾ, ਤੂੰ ਦਿਆਲੂ ਹੈ। ਭਵ ਹਰਨ ਹਰ 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 ਹਰ, ਤੂੰ ਭਵ ਤਾਰਨ ਵਾਲਾ ਹੈ ਅਤੇ ਮੇਰੀ ਕਿਰਪਾ ਕਰ, ਤੂੰ ਇਹਨਾਂ ਪਾਪਾਂ ਨੂੰ ਦੁੱਖਾਂ ਨੂੰ, ਏਕ ਤੂੰ ਹੀ ਦੀਨ ਦਿਆਲ, ਤੂੰ ਹੀ ਏਕ ਪ੍ਰਭ ਚਰਨ ਨਾਨਕ ਆਸਰੋ, ਮੈਨੂੰ ਤਾਂ ਤੇਰੇ ਚਰਨਾਂ ਦਾ ਆਸਰਾ ਹੈ। ਅਖੀਰ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਪ੍ਰਭੂ ਦਿਆਲ ਹੋ ਗਿਆ ਅਤੇ ਮੈਨੂੰ ਸੰਤਾਂ ਦੀ ਸੰਗਤ, ਪੂਰਨ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਗਈ। ਉਧਰੇ ਭਰਮ ਮੋਹ ਸਾਗਰ, ਇਹ ਜੋ ਭਰਮ ਅਤੇ ਮੋਹ ਦਾ ਸਾਗਰ ਸੀ ਇਹਦੇ 'ਚੋਂ ਲੰਘ ਗਏ, ਲੰਘੇ ਕਿਵੇਂ? ਲੱਗ ਸੰਤਨਾ ਪਗ ਪਾਲ, ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਨੂੰ ਮਸਤਕ ਨਾਲ ਲਾ ਕੇ ਮੈਂ ਇੱਥੋਂ ਤਰਿਆ। ਸੋ ਇਹ ਮਾਇਆ ਹੈ ਸਾਧ ਸਿੰਘ ਜੀ, ਇੱਕ ਇੱਕ ਜੋ ਵੈਰੀ ਹੈ ਉਹਦਾ ਕਿੰਨਾ ਕਿੰਨਾ ਜ਼ਬਰਦਸਤ ਜ਼ੋਰ ਹੈ। ਕਹਿੰਦੇ ਜੀਵ ਦਾ ਬਸ ਨਹੀਂ ਚੱਲਦਾ, ਜੀਵ ਤਾਂ ਬਸ ਤੋਂ ਬਾਹਰ ਹੈ, ਇਹ ਸਾਰੀ ਮਾਇਆ ਦੀ ਫੌਜ ਹੈ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਹੇ ਅਰਜਨ,
ਮੈਂ ਤ੍ਰਿਗੁਣੀ ਮਾਇਆ ਦੇ ਓਹਲੇ ਜਗਤ ਦਾ ਸਾਰਾ ਕਾਰ ਕਰ ਰਿਹਾ, ਮੈਂ ਹੀ ਕਰ ਰਿਹਾ ਸਾਰੇ ਕੰਮ। ਪਰ ਇਹ ਜੀਵ ਜਿਹੜੇ ਨੇ ਇਹ ਤਿੰਨਾਂ ਗੁਣਾਂ 'ਚ ਮਸਤ ਹੋਏ ਹੋਏ ਮੈਨੂੰ ਸਦਾ ਹੀ ਭੁੱਲੇ ਰਹਿੰਦੇ ਨੇ। ਮਾਇਆ ਸੁੱਖ ਦੇਣ ਵਾਲੀ ਚੀਜ਼ ਨਹੀਂ ਹੈ, ਭੁਲਾਉਣ ਵਾਲੀ ਹੈ, ਜਨਮਾਂ ਜਨਮਾਂਤਰਾਂ 'ਚ ਘੁਮਾਉਣ ਵਾਲੀ ਹੈ ਅਤੇ ਭੁੱਲੇ ਰਹਿੰਦੇ ਨੇ ਸਦਾ ਹੀ। ਅਤੇ ਮੈਨੂੰ ਪਰ ਬ੍ਰਹਮ ਪਰਮੇਸ਼ੁਰ ਨੂੰ ਇਹ ਨਹੀਂ ਦੇਖ ਸਕਦੇ, ਹਾਲਾਂਕਿ ਮੈਂ ਹੀ ਸਭ ਕੁਛ ਕਰ ਰਿਹਾ। ਇਹ ਜਿੰਨੀ ਦੇਰ ਤੱਕ ਸਮਰੱਥ ਗੁਰੂ ਦੀ ਕਿਰਪਾ ਨਾ ਹੋਵੇ, ਸਮਰੱਥ ਗੁਰੂ ਜੋ ਹੁੰਦਾ ਹੈ ਉਹੀ ਗੁਰੂ ਕਹਾਉਣ ਦਾ ਹੱਕਦਾਰ ਹੈ, ਬਾਕੀ ਨਹੀਂ ਹੋਇਆ ਕਰਦੇ। ਬਾਕੀ ਤਾਂ ਪਖੰਡੀ ਗੁਰੂ ਵੀ ਹੈਗੇ, ਕੱਚੇ ਗੁਰੂ ਵੀ ਹੈਗੇ, ਵਿਦਵਾਨ ਗੁਰੂ ਵੀ ਹੈਗੇ, ਅਵਧੂਤ ਗੁਰੂ ਵੀ ਹੈ। ਇਹਨਾਂ ਨੂੰ ਹੋਰ ਤਰ੍ਹਾਂ ਦੱਸਿਆ ਵੀ ਡੱਕਾ ਗੁਰੂ ਹੈ ਅਤੇ ਇੱਕ ਛੋਟਾ ਕਿਸ਼ਤੀ ਗੁਰੂ ਹੈ ਅਤੇ ਇੱਕ ਜਹਾਜ਼ ਗੁਰੂ ਹੈ। ਸਮਰੱਥ ਗੁਰੂ ਜੋ ਹੈ ਉਹਦੀ ਮਦਦ ਤੋਂ ਬਗੈਰ ਤਰਨਾ ਬਹੁਤ ਔਖਾ ਹੋਇਆ ਕਰਦਾ ਹੈ। ਇਸ ਤਰ੍ਹਾਂ ਦੇ ਨਾਲ ਆਪ ਫਰਮਾਨ ਕਰਦੇ ਹਾਂ। ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ, ਨਿਰਵੈਰ ਨਿਰਾਲਾ ਜੀ, ਸਤਿਗੁਰਪੁਰ ਕੇ ਕੰਮ ਹੈ।